ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਤਮਾਮ ਮੇਰੇ ਭੈਣ ਭਾਈਆਂ ਦੇ। ਉਮੀਦ ਕਰਨੀ ਹੈ ਕਿ ਸਾਰੇ ਠੀਕ ਹੋਣਗੇ, ਜਿੱਥੇ ਵੀ ਰਹੋ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ। ਅਲਹਮਦੁਲਿਲਾਹ ਮੈਂ ਬਿਲਕੁਲ ਠੀਕ ਹੈਗੀ ਹਾਂ। ਅਤੇ ਹੋ ਗਿਆ ਜੀ ਦੁਪਹਿਰ ਦਾ ਟਾਈਮ, ਦੁਪਹਿਰ ਕੀ ਖੈਰ ਸ਼ਾਮ ਹੀ ਹੋ ਚੱਲੀ ਹੈਗੀ ਹੈ, ਅਤੇ ਵੈਸੇ ਪਹਿਲੇ ਟਾਈਮ ਕਾਫੀ ਜ਼ਿਆਦਾ ਪਿਆ ਹੋਇਆ ਸ਼ਾਮ ਹੋਣ 'ਚ। ਹੀਰਾ ਜਿਹੜੀ ਹੈ ਨਾ ਬਹੁਤ ਤੰਗ ਕੀਤੀ ਖਲੋਤੀ ਹੈਗੀ, ਕਹਿੰਦੀ ਮੈਨੂੰ ਚਿਪਸ ਬਣਾ ਦੇ, ਅਤੇ ਮੈਨੂੰ ਉਹਨੇ ਸੌਣ ਵੀ ਨਹੀਂ ਦਿੱਤਾ ਨਾ ਖੁਦ ਸੁੱਤੀ ਹੈਗੀ, ਕਹਿੰਦੀ ਪਹਿਲੇ ਮੈਨੂੰ ਚਿਪਸ ਬਣਾ ਦੇ, ਕਿਉਂਕਿ ਗਰਮੀ ਹੈਗੀ ਬੱਚਿਆਂ ਨੂੰ ਇਹੋ ਜਿਹੀ ਚੀਜ਼ਾਂ ਕੋਈ ਨਹੀਂ ਮੈਂ ਲੈ ਕੇ ਦਿੰਦੀ ਹੈਗੀ, ਨਾ ਇਹਦਾ ਬਾਬਾ ਲੈ ਦਿੰਦਾ ਕਿ ਤਬੀਅਤ ਖਰਾਬ ਹੋ ਜਾਂਦੀ। ਵੈਸੇ ਮੰਮਾ ਦੀ ਸਾਨੂੰ ਨਾ ਕੱਲ੍ਹ, ਹਾਂਜੀ ਅੱਛਾ ਕੱਲ੍ਹ ਜਿਹੜਾ ਨਾ ਮੰਮਾ ਦੀ ਸਾਥੀ ਦੋਵਾਂ ਜਿਹੜੇ ਗਏ ਨੇ ਗਰਮੀ ਦੇ ਵਿੱਚ, ਅਤੇ ਉਹਨਾਂ ਮੰਮਾ ਦੀ ਸਾਨੂੰ ਹੋ ਗਿਆ ਬਿਮਾਰ, ਅਤੇ ਹੀਰਾ ਜਿਹੜੀ ਮੈਨੂੰ ਕੁਛ ਦੱਸਣ ਆਈ ਹੋਈ ਹੈ। ਕੀ ਹੀਰਾ? ਚਿਪਸ, ਕਿਉਂਕਿ ਨਾ ਆਲੂ ਅੰਮੀ ਵਾਲਾ ਦੀਆਂ ਮੰਜੀ ਥੱਲੇ ਪਏ ਨੇ, ਅਤੇ ਆਪੇ ਜਿਹੜਾ ਨਾ ਇਹ ਥੱਲੇ ਜਾ ਕੇ ਨਾ ਚੁੱਕ ਕੇ ਲੈ ਆਈਏ, ਕਹਿੰਦੀ ਵੀ ਮੰਮਾ ਮੈਨੂੰ ਬਣਾ ਦੇ, ਮੈਂ ਕਹਿੰਦਾ ਦਿਲ ਲੈ ਗਿਆ ਤਾਂ ਬਣਾ ਦਿਉ। ਮੈਂ ਚਾਰ ਆਲੂ ਚੁੱਕ ਕੇ ਦਿੱਤੇ ਸੀ, ਅਤੇ ਚਾਰੇ ਜਿਹੜੇ ਨਾ ਮੈਂ ਛਿੱਲ ਲੈਣੇ, ਅਤੇ ਹੁਣ ਮੈਨੂੰ ਕੱਢ ਲੈਂਦੀ ਹਾਂ, ਫਿਰ ਥੋੜ੍ਹੀ ਜਿਹੀ ਬਣਾ ਦਿੰਦੀ ਹਾਂ ਕਿਸ ਦੇ ਨਾਲ ਸਾਲਣ ਬਣਾ, ਕਿਉਂਕਿ 2-3 ਦਿਨ ਹੋ ਗਏ ਸਾਲਣ ਹੀ ਕੋਈ ਬਣਾਇਆ ਸੀ ਇਸ ਵਜ੍ਹਾ ਤੋਂ। ਕੱਲ੍ਹ ਬਾਜੀ ਅਲੱਗ ਚਲੇ ਗਿਆ ਸੀ, ਉੱਧਰੋਂ ਦੇਰ ਹੋ ਗਈ, ਆਉਂਦੇ ਆਉਂਦੇ ਤੁਰ ਕੇ ਆਉਣਾ ਸੀਗਾ ਤਾਂ ਵਾਸਤੇ, ਅਤੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਚਿਪਸ ਬਣਾ ਦਿੰਦੀ ਹੈਗੀ, ਫਿਰ ਇਸ ਤੋਂ ਬਾਅਦ ਆਲੂ ਹੋਰ ਕੱਟ ਕੇ ਨਾ ਥੋੜ੍ਹੇ ਬਰੀਕ ਬਰੀਕ ਜਿਹੜੇ ਹਨ ਨਾ ਚਿਪਸ ਤਰ੍ਹਾਂ ਉਹ ਸਾਲਣ ਪਕਾ ਲਵਾਂਗੀ। ਅਤੇ ਅੱਜ ਮੈਂ ਹੀਰਾ ਨੂੰ ਜਿਹੜਾ ਨਾ ਗੋਲ ਚਿਪਸ ਬਣਾ ਕੇ ਦਿੰਦੀ ਵੀ, ਕਿਉਂਕਿ ਗੋਲ ਹੁੰਦੇ ਨੇ ਨਾ, ਅੱਜ ਕਦੀ ਬਣਾਈ ਨਹੀਂ, ਲੰਮੀ ਚਿਪਸ ਬਣਾਉਂਦੇ ਹੈਗੇ। ਅਤੇ ਵੇਸਣ ਵੁਸਣ ਕੋਈ ਨਹੀਂ ਹੈਗਾ, ਸਿਰਫ ਇਹ ਹੀ ਹੈ ਕਿ ਨਮਕ ਥੋੜ੍ਹਾ ਜਿਹਾ ਲਾ ਕੇ ਨਾ ਤੈਨੂੰ ਜੋਸ਼ ਤਲ ਕੇ ਦੇ ਦੇਵਾਂਗੀ। ਗਰਮੀ ਹੈ ਨਾ, ਗਰਮੀ ਬਹੁਤ ਜ਼ਿਆਦਾ ਹੈਗੀ, ਇਸ ਵਜ੍ਹਾ ਤੋਂ ਨਾ ਮੈਂ ਹੁਣ ਬੱਚੇ ਨੱਚੇ ਦਾ ਸਕੂਲ ਲੈ ਹੀਰਾ ਚਿਪਸ ਖਾਣੀ ਹੈ। ਹੀਰਾ ਨੂੰ ਪਤਾ ਨਹੀਂ ਅੱਜ ਕਿਧਰੋਂ ਚਿਪਸ ਦੀ ਯਾਦ ਆ ਗਈ ਹੈ, ਅਤੇ ਮੰਮਾ ਦੀ ਸਾ ਜਿਹੜਾ ਖੇਡ ਹੈ ਅਤੇ ਉਹਨਾਂ ਬੁਖਾਰ ਬਹੁਤ ਜ਼ਿਆਦਾ ਸੀਗਾ, ਸੋ ਬੋਰੀ ਤਾਂ ਹੁਣ ਵੀ ਹੈਗਾ ਹੀ ਸੀਗਾ, ਫਿਰ ਖੇਡਣ ਲੱਗਿਆ ਲੰਮਾ ਨਹੀਂ ਪੈਂਦਾ 2 ਮਿੰਟ ਹੀ। ਜ਼ਿਆਦਾਤਰ ਤਾਂ ਬੱਚਿਆਂ ਨਵਾਈ ਵੀ ਰੱਖਣੀ ਹੈਗੀ ਆ ਇਸੇ ਗਰਮੀ ਦੀ ਵਜ੍ਹਾ ਤੋਂ, ਕਿਉਂ ਗਰਮੀ ਹੈਗੀ ਹੈ ਨਾ, ਕੋਈ ਬਾਰਿਸ਼ ਕਾਰਨ ਨਾ ਹੋਵੇ, ਲੇਕਿਨ ਫਿਰ ਵੀ ਮਤਲਬ ਇੱਕ ਜਾਣਦਾ ਕਿਉਂ ਹੈ ਇਸ ਵੈਸੇ। ਮੈਨੂੰ ਤਾਂ ਇਹ ਹੀ ਹੈਗਾ ਕਿ ਕੱਲ੍ਹ ਜਿਹੜੇ ਗਰਮੀ ਦੇ ਵਿੱਚ ਗਏ ਨਾ ਬੱਚੇ ਤਾਂ ਵਾਸਤੇ, ਕਿਉਂਕਿ ਮੋਟਰਸਾਈਕਲ ਤਾਂ ਹੈਗਾ ਕੋਈ ਨਹੀਂ ਸੀਗਾ, ਪੂਰੀ ਕਿਧਰੇ ਕੰਮ ਗਏ ਹੋਏ ਸੀਗੇ, ਇਸ ਵਜ੍ਹਾ ਫਿਰ ਅਸੀਂ ਪੈਦਲ ਹੀ ਗਿਆ ਸੀਗੇ। ਹਾਂਜੀ ਜੀ, ਬਾਕੀ ਜਿਹੜਾ ਨਾ ਮੈਂ ਆਲੂ ਕੱਟ ਲਏ ਹੈਗੇ ਨੇ, ਅਤੇ ਹੀਰਾ ਜਿਹੜੀ ਬਾਹਰ ਜਾਤੀਆਂ ਖੇਲਦੀ ਪਈ ਹੈਗੀ, ਅਤੇ ਹੁਣ ਲੈ ਕੇ ਚੱਲਣੇ ਚੁੱਲ੍ਹੇ 'ਤੇ, ਕਿਉਂਕਿ ਧੋਪੀ ਵਾਲੇ ਬੜੀ ਕਾਫੀ ਜ਼ਿਆਦਾ ਹੈਗੀ, ਦਿਲ ਹੀ ਨਹੀਂ ਕਰਦਾ। ਵੈਸੇ ਭੁੱਖ ਤਾਂ ਬਹੁਤ ਜ਼ਿਆਦਾ ਲੱਗਦੀ, ਕਿਉਂਕਿ ਸੁਬਹਾ ਟਾਈਮ ਨਹੀਂ ਲੱਗਦੀ, ਨਾ ਇੰਨੀ ਸ਼ਾਮ ਟਾਈਮ ਲੱਗਦੀ ਜਿੰਨੀ ਦੁਪਹਿਰ ਟਾਈਮ ਲੱਗਦੀ, ਲੇਕਿਨ ਇਹ ਹੈ ਕਿ ਛਾਂ ਛੂ ਕੋਈ ਨਹੀਂ ਹੈਗੀ, ਛੱਪਰ ਤਾਂ ਵੈਸੇ ਹੈਗਾ, ਅਤੇ ਲੇਕਿਨ ਨਾ ਸਾਰੀ ਜਿਹੜੀ ਧੁੱਪ ਇਧਰਲੀ ਸਾਈਡ 'ਤੇ ਆਉਂਦੀ ਨਾ, ਇਸ ਵਜ੍ਹਾ ਸਾਰੀ ਚੁੱਲ੍ਹੇ 'ਤੇ ਧੁੱਪ ਲੱਗਦੀ ਹੈਗੀ ਹੈ, ਅਤੇ ਉੱਤੋਂ ਛਾਂ ਦਾ ਜਿਹੜਾ ਫਾਇਦਾ ਹੈਗਾ ਅਤੇ ਸਾਡਾ ਤਾਂ ਦੋਵੇਂ ਧੁੱਪ ਲੱਗਦੀ ਹੈਗੀ। ਕੋਈ ਨਹੀਂ, ਅੱਲਾ ਖੈਰ ਕਰੇਗਾ, ਲੇਕਿਨ ਇਹ ਹੈ ਕਿ ਬਣਾਉਣੀ ਤਾਂ ਫਿਰ ਹੈਗੀ ਹੈ, ਕਿਉਂਕਿ ਭੁੱਖਿਆ ਤਾਂ ਕੋਈ ਨਹੀਂ ਹੁਣ ਮਰਨਾ। ਇਹ ਹੈ ਕਿ ਨਾ ਜਿਹੜਾ ਸੀ ਨਾ ਰੋਜ਼ ਇਸ ਟਾਈਮ ਜਿਹੜਾ ਨਾ ਪਹਿਲੇ ਬਣਾ ਲੈਂਦੇ ਸੀਗੇ ਸਾਲਣ, ਕਿਉਂਕਿ ਭਾਈ ਆਹ ਸਫੋਰੀ ਆਏ ਹੋਏ ਸੀਗੇ, ਅਤੇ ਬੰਦਾ ਫਿਰ ਅੱਛਾ ਨਹੀਂ ਲੱਗਦਾ ਹੈਗਾ, ਚਲੋ ਬੰਦਾ ਆਪ ਤਾਂ ਜਿਸ ਟਾਈਮ ਮਰਜ਼ੀ ਖਾ ਲਵੇ, ਅਤੇ ਮਹਿਮਾਨ ਆਏ ਹੁਣ ਸਮਝੋ, ਮਹਿਮਾਨ ਹੀ ਸਾਡੇ ਵਾਸਤੇ ਤਾਂ ਆਏ ਹੋਏ ਸੀਗੇ, ਬਾਜੀ ਵੀ ਆਈ ਸੀ, ਉਹਦੇ ਬੱਚੇ ਵੀ ਅਤੇ ਉਹ ਭਾਈ ਵੀ ਆਇਆ ਸੀਗਾ, ਇਸ ਵਜ੍ਹਾ ਤੋਂ ਫਿਰ ਟਾਈਮ ਨਾ ਲਈਏ, ਉਦੋਂ ਅਸੀਂ ਬਣਾ ਲੈਂਦੇ ਸੀ 12 ਵਜੇ, ਨਾਲੇ ਮਿਸਤਰੀ ਵੀ ਲੱਗੇ ਹੋਏ ਸੀ, ਦੁਕਾਨ ਸ਼ੁਕਾਨ ਹੀ ਬੰਦੀ ਪਈ ਸੀ ਇਸ ਵਜ੍ਹਾ ਤੋਂ। ਅਤੇ ਹੁਣ ਜਿਹੜੇ ਅਸੀਂ ਇਕੱਲੇ ਹੁੰਦੇ ਹੈਗੇ ਹਾਂ, ਅੰਮੀ ਹੋਰੀ ਮੈਂ ਅਤੇ ਬਾਕੀ ਜਿਹੜੇ ਭਾਈ ਭੂਈ ਉਹ ਕੰਮ ਵਗੈਰਾ 'ਤੇ ਵੀ ਚਲੇ ਜਾਂਦੇ ਨੇ, ਘਰ ਵੀ ਹੁੰਦੇ ਨੇ। ਹਾਂਜੀ, ਅਤੇ ਫਿਰ ਕੋਈ ਨਹੀਂ ਬਣਾਉਂਦੇ ਹੈਗੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਦਿਲ ਹੀ ਨਹੀਂ ਕਰਦਾ ਇਹਦੇ ਨਾਲ, ਆਖਨੇ ਖਾਈਏ ਇੰਨਾ ਜਿਹੜੀ ਇੰਨੀ ਗਰਮੀ ਹੈਗੀ ਤਾਂ ਪਕਾਉਣਾ ਪੈਂਦਾ, ਲੇਕਿਨ ਇਹ ਹੈ ਕਿ ਹੁਣ ਜਿਹੜਾ ਨਾ
ਥੋੜ੍ਹੀ ਮਾਠੀ ਧੁੱਪ ਹੋ ਗਈ ਹੈ ਕਿਉਂਕਿ ਦੁਪਹਿਰ ਦਾ ਟਾਈਮ ਤਾਂ ਖੈਰ ਹੈ ਕੋਈ ਨਹੀਂ, ਅਤੇ ਵੈਸੇ ਮੇਰੇ ਖਿਆਲ ਸੌਰ ਆਉਣ ਵਾਲੀ ਹੈ, ਪਤਾ ਨਹੀਂ ਹੋ ਗਈ ਹੈ। ਅਤੇ ਹੁਣ ਜਿਹੜਾ ਨਾ ਫਿਰ ਚੱਲਣੀ ਹੈ ਚੁੱਲ੍ਹੇ 'ਤੇ ਲੈ ਕੇ, ਅਤੇ ਹੀਰਾ ਜਿਹੜੀ ਹੈ ਨਾ ਇੰਤਜ਼ਾਰ ਕਰਦੀ ਪਏਗੀ ਬਾਹਰ। ਅਮੀ ਉਹਨਾਂ ਨੂੰ ਮੰਜੀ ਪਾ ਦਿੱਤੀ ਕਿਉਂਕਿ ਅੱਜ ਅਮੀ ਜਿਹੜੀ ਘਰ ਕੋਈ ਨਹੀਂ ਸੀਗੀ, ਅਮੀ ਗਏ ਸੀ ਮਾਸੀ ਵਾਲ ਮਾਸੀ ਦਾ ਪਤਾ ਕਰਨ ਕਿਉਂਕਿ ਵਾਹਵਾ ਦਿਨ ਹੋ ਗਏ, ਗਈ ਕੋਈ ਨਹੀਂ ਸੀਗੀ। ਅਤੇ ਮੈਨੂੰ ਕਹਿੰਦੀ ਸੀ ਆ ਕੇ ਚੱਲੇ, ਮੈਂ ਕਿ ਨਹੀਂ ਮੰਮਾ ਜੀ ਸਾਨੂੰ ਬੁਖਾਰ ਹੈਗਾ, ਅਤੇ ਇਸ ਵਜ੍ਹਾ ਤੋਂ ਮੈਂ ਫਿਰ ਕੋਈ ਨਹੀਂ ਗਈ, ਮੈਂ ਘਰ ਹੀ ਰਹੀ ਹਾਂ ਸਾਰਾ ਦਿਨ। ਨਾਲੇ ਦੋ ਭੀੜ ਨਹੀਂ ਜ਼ਿਆਦਾ ਸੀਗੀ, ਬੱਚੇ ਦੋ ਹੈਗੇ ਨੇ, ਕੱਲ੍ਹ ਵੀ ਤੁਹਾਨੂੰ ਪਤਾ ਇੰਨੇ ਔਖੇ ਲੈ ਕੇ ਗਏ, ਪਹਿਲਾਂ ਉਹਨਾਂ ਨੂੰ ਬਿਜਲੀ 'ਤੇ ਨਵਾਇਆ ਸੀਗਾ ਨਵਾ ਕੇ, ਅਤੇ ਫਿਰ ਉਹ ਜਾ ਕੇ ਕਿਧਰੇ ਤੁਰੇ ਸੀਗੇ, ਨਹੀਂ ਤਾਂ ਐਵੇਂ ਤੋਂ ਜਾਂਦੇ ਹੀ ਨਹੀਂ ਸੀਗੇ। ਅਤੇ ਇਸ ਵਜ੍ਹਾ ਤੋਂ ਮੈਂ ਕਿਹਾ ਅੱਜ ਫਿਰ ਹੀ ਧੁੱਪ 'ਚ ਜਾਣਾ ਪੈਣਾ, ਅਤੇ ਇਸ ਵਜ੍ਹਾ ਤੋਂ ਮੈਂ ਫਿਰ ਗਈ ਕੋਈ ਨਹੀਂ। ਅਤੇ ਹੁਣ ਜਿਹੜਾ ਹੀਰਾ ਜਿਹੜੀ ਹੈ ਬਾਰ ਬਾਰ ਅੰਦਰ ਆਉਂਦੀ, ਕਦੇ ਬਾਹਰ ਨਿਕਲਦੀ ਹੈ, ਦੇਖਦੀ ਫਿਰਦੀ ਹੈ ਕਿ ਹਲੇ ਬਣੀ ਹੈ ਕਿ ਨਹੀਂ, ਅਤੇ ਹੀਰਾ ਨੂੰ ਚੱਲ ਕੇ ਬਣਾ ਦਿੰਦੇ ਹਾਂ। ਹਾਂਜੀ ਜੀ, ਬਾਕੀ ਜਿਹੜਾ ਆਲੂ ਧੋ ਕੇ ਲੈ ਆਉਂਦੇ ਨੇ, ਅਤੇ ਨਾਲ ਹੀ ਜਿਹੜਾ ਨਾ ਨਮਕ ਵੀ ਲਗਾ ਲਿਆ ਗਿਆ, ਅਤੇ ਧੁੱਪ ਜਿਹੜੀ ਹੈ ਨਾ ਪਿੱਛੋਂ ਬਹੁਤ ਜ਼ਿਆਦਾ ਆਉਂਦੀ ਪਈ ਹੈ, ਅਤੇ ਲੱਗਦੀ ਬਹੁਤ ਜ਼ਿਆਦਾ ਪਈ ਹੈ, ਮੇਰਾ ਸਿਰ ਪਰਛਾਵਾਂ ਹੈਗਾ, ਅਤੇ ਬਾਕੀ ਜਿਹੜੀ ਹੈ ਨਾ ਧੁੱਪਾਂ ਖੜੀ ਹੈ ਮੇਰੇ ਮੂੰਹ 'ਤੇ, ਅਤੇ ਚੁੱਲ੍ਹਾ ਫਿਰ ਹੀ ਥੋੜ੍ਹਾ ਜਿਹਾ ਛਾਂ 'ਤੇ, ਕਿਉਂਕਿ ਭਰਾ ਕਰੀਏ ਫਿਰ ਅੰਮੀ ਜਿਹੜੀ ਨਾ ਰੋਟੀਆਂ ਨਹੀਂ ਲਾ ਸਕਦੀ ਕਿਉਂਕਿ ਜਗ੍ਹਾ ਤੰਗ ਹੋ ਜਾਏਗੀ, ਬਿਲਕੁਲ ਥੋੜ੍ਹਾ ਜਿਹਾ ਫਾਸਲਾ ਐਵੇਂ ਖੜ੍ਹੇ ਹੀ ਹੋਣ ਦਾ, ਅਤੇ ਅਮਰ ਨੂੰ ਭੇਜਿਆ। ਹਾਂਜੀ ਜੀ, ਅੱਗ ਮੈਂ ਬਾਲ ਦਿੱਤੀ ਹੈਗੀ ਹੈ, ਅਤੇ ਬਾਕੀ ਜਿਹੜਾ ਨਾ ਉੱਤੇ ਫਿਰ ਰੱਖਣੇ ਆ ਕੜਾਹੀ, ਕਿਉਂਕਿ ਘਿਓ ਜਿਹੜਾ ਮੈਂ ਹੰਡੀ ਵਾਸਤੇ ਰੱਖਿਆ ਹੋਇਆ ਸੀਗਾ, ਸੁਬਹਾ ਰੋਟੀਆਂ 'ਚ ਬਚਿਆ ਸੀਗਾ, ਅਤੇ ਹੰਡੀ ਕਰਨ ਰੱਖ ਦਿੱਤਾ ਮੈਂ, ਸ਼ਾਮ ਦੀ ਹੰਡੀ ਪੱਕ ਜਾਏਗੀ। ਅਤੇ ਹੀਰਾ ਜਿਹੜੀ ਹੈ ਨਾ ਹੀਰਾ ਨੇ ਤੰਗ ਕਰ ਲਿਆ ਸੀਗਾ, ਮੈਂ ਚਲੋ ਬਾਕੀ ਜਿਹੜਾ ਬਚਿਆ ਉਹਦੇ 'ਚ ਹੰਡੀ ਪਕਾ ਲਵਾਂਗੀ। ਹਾਂਜੀ ਬੇਟਾ, ਕਿਉਂਕਿ ਸਾਰਿਆਂ ਦਿਨ ਮੈਨੂੰ ਅੰਦਰ ਬਿਠਾਈ ਰੱਖਣੀ ਹੈਗੀ, ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਵਜ੍ਹਾ ਤੋਂ ਨਾ ਬਾਹਰ ਨਿਕਲਣ ਦਿੰਦੀ, ਲੇਕਿਨ ਫਿਰ ਵੀ ਜਿਹੜਾ ਨਾ ਇਹਨਾਂ ਦੀ ਪਰ ਮੈਂ ਸੁਣਦੀ ਵੀ ਨਹੀਂ ਹੈਗੀ ਹਾਂ, ਮੈਂ ਕਹਿੰਦੀ ਹਾਂ ਮੈਂ ਆਹ ਸੌ ਗਈ ਤਾਂ ਬੱਚੇ ਜਿਹੜੇ ਬਾਹਰ ਨਿਕਲ ਜਾਣਗੇ, ਜਦੋਂ ਇਹ ਸੁਣਦੇ ਨੇ ਉਦੋਂ ਕੰਮ ਸ਼ੁਰੂ ਕਰ ਲੈਂਦੇ ਹੈਗੇ, ਅਤੇ ਹਾਂਜੀ ਪਾਪਾ ਨੂੰ ਬੁਲਾਉਂਦਾ ਫਿਰਦਾ ਮੰਮਾ ਜੀ, ਪਾਪਾ ਕਿੱਧਰ ਹੈ, ਇੰਨਾ ਬੁਖਾਰ ਹੈਗਾ ਫਿਰ ਪਾਪਾ। ਹਾਂਜੀ ਜੀ, ਕੜਾਹੀ ਰੱਖ ਦਿੱਤੀ ਉੱਤੇ, ਅਤੇ ਹੁਣ ਜਿਹੜਾ ਨਾ ਥੋੜ੍ਹਾ ਜਿਹਾ ਘਿਓ ਗਰਮ ਹੁੰਦਾ ਚੇਂਜ ਕਰਾ ਦਿੰਦੇ, ਬੇਟਾ ਰੱਖਿਆ ਮਿਲ ਗਈ ਹੈ, ਰੱਖਿਆ ਜਾ ਰੱਖਿਆ, ਗਰਮੀ ਲੱਗਦੀ ਪਈ ਹੈ ਹੀਰਾ, ਗਰਮੀ ਲੱਗਦੀ ਪਈ ਮੇਰੇ ਬੇਟੇ ਨੂੰ, ਹੀਰਾ ਪਰੇਸ਼ਾਨ ਹੋ ਕੇ ਖਲੋਤੀ ਹੋਈ ਹੈ, ਮੈਂ ਬਣਾਉਂਦੀ ਪਈ ਹਾਂ, ਆ ਜਾ ਆਏ ਰੱਖ ਕੇ ਆ ਜਾ, ਇਹਦਾ ਬਹੁਤ ਸਿਆਣੀ ਕਹਿੰਦੀ ਮੈਂ ਰੱਖ ਕੇ ਆਵਾਂ, ਮੈਂ ਕਹਿੰਦੀ ਗਰਮ ਤੇ ਹੀਰਾ ਜਿਹੜੀ ਕਹਿੰਦੀ ਮੈਨੂੰ ਬੁਖਾਰ ਹੋਇਆ ਖਲੋਤਾ, ਗਰਮੀ ਲੱਗ ਰਹੀ ਤੈਨੂੰ ਪਸੀਜੇ ਨਾਲ ਭਰੀ ਪਈ, ਮੈਂ ਕਿਹਾ ਮੰਗੀ ਤੂੰ ਚਲੇ ਗਿਆ, ਅਤੇ ਮੈਂ ਤੈਨੂੰ ਉੱਥੇ ਲਿਆ ਕੇ ਦੇ ਦੇਵਾਂਗੀ, ਤੇ ਹੀਰਾ ਸਿਆਣੀ ਆ ਗਈ ਜਿਹੜੀ ਹੈ ਨਾ ਜਾ ਰਹੀ ਹੈ, ਉੱਥੇ ਮੰਜੀ ਤੋਂ ਬੈਠ, ਮੈਂ ਹੁਣੇ ਨਾ ਚਿੱਪਸ ਦੇ ਦਿੰਦੀ ਹਾਂ, ਠੀਕ ਹੈ, ਮੇਰਾ ਬਹੁਤ ਅੱਛੀ ਬੱਚੀ ਹੈ। ਹੀਰਾ ਨੂੰ ਮੈਂ ਥੋੜ੍ਹੀ ਥੋੜ੍ਹੀ ਕਰਕੇ ਨਾ, ਹੀਰਾ ਜਿਹੜੀ ਮੰਜੀ 'ਤੇ ਜਾ ਕੇ ਸੌ ਗਈ ਹੈ, ਕਿਉਂਕਿ ਇੱਥੇ ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਹੈਗੀ ਨਾ, ਇਸ ਵਜ੍ਹਾ ਤੋਂ ਮੈਂ ਭੇਜ ਦਿੱਤਾ ਹੈਗਾ, ਚਿੱਪਸ ਦਿੰਦੀ ਫਿਰ ਬੁਲਾ ਦਿੰਦੀ ਹਾਂ ਕੋਲ ਹੀ।
ਹਾਂਜੀ ਬੇਟਾ ਆ ਜਾ ਮਾਂ, ਥੋੜੀ ਬੰਨ ਲਵੇ ਫਿਰ ਮੈਂ ਆਉਂਦੀ ਪਈ ਹਾਂ। ਹੀਰਾ ਕਹਿੰਦੀ ਸੀ ਆ ਜਾ ਮੰਮਾ, ਥੋੜੀ ਪੇਪਰਸ ਬਣਾ ਲਵਾਂ, ਹਾਲੇ ਕੱਚੀ ਹੈਗੀ ਹੈ। ਹਾਂਜੀ ਬੇਟਾ ਕੱਚੀ ਹੈ। ਸੁਬਹਾ ਕਿਸ ਤਰ੍ਹਾਂ ਆਉਂਦੀ ਹੈ? ਮੇਰਾ ਦੀ ਸੁਬਹ ਹੋ ਗਈ, ਕਹਿੰਦੀ ਮੈਂ ਸੌਂ ਕੇ ਉੱਠ ਗਈ, ਹਾਲੇ ਪੇਪਰਸ ਨਹੀਂ ਬਣੀ। ਅੰਗੜਾਈਆਂ ਲੈਂਦੀ ਹੈ, ਫਿਰ ਬਾਸੀਆਂ ਲੈਂਦੀ ਹੈ, ਫਿਰ ਆਖਦੀ ਹੁਣ ਸੁਬਹ ਹੋ ਗਈ ਹੈ। ਆ ਜਾ ਚਿਪਸ ਬਣ ਗਈ ਤੇ ਪੇਪਰ ਚ ਜਮੀ ਮੈਂ। ਇਹਦਾ ਮੂੰਹ ਕਿੰਨਾ ਲਾਲ ਹੋਇਆ ਪਿਆ, ਮੂੰਹ ਕਿਵੇਂ ਲਾਲ ਹੋਇਆ? ਗੰਮੀ ਲੱਗਦੀ ਸੀ ਮੈਂ ਨਵਾਨਾ ਚਿਪਸ ਖਾ ਲਾ, ਫਿਰ ਮੈਂ ਆਪਦੇ ਬੇਟੇ ਨਵਾਨੀ। ਹੀਰਾ ਬੇਟੇ ਸੌ ਕੇ ਕਿਵੇਂ ਉੱਠਣਾ ਹੈ? ਹਾਂਜੀ ਸੌ ਕੇ ਫਿਰ ਉੱਠਣਾ ਕਿਵੇਂ? ਚਾਪੀ ਪਿੱਛ ਖਾ ਲਓ ਮੇਰਾ ਬੇਟਾ, ਬਹੁਤ ਚੰਗਾ। ਅੱਛਾ ਠੰਡੀ ਹੁੰਦੀ ਪਈ ਹੈ, ਠੰਡੀ ਹੋ ਕੇ ਨਾ ਫਿਰ ਖਾ ਲਾ। ਹੀਰਾ ਨੂੰ ਬਿਲਕੁਲ ਕੋਲੀ ਚ ਪਾ ਕੇ ਦੇ ਦਿੱਤੀ, ਨਾ ਠੰਡੀ ਹੋ ਜਾਏਗੀ। ਹਾਂ ਫੂਕਾ ਮਾਰ ਕੇ ਖਾ, ਠੰਡੀ ਹੋ ਕਰਕੇ। ਜਮੀ ਮਜ਼ੇਦਾਰ। ਜਮੀ ਮੈਂ ਹੀਰਾ, ਮੰਮਾ ਨੇ ਸਹੀ ਬਣਾਈ ਕਿ ਨਹੀਂ? ਸਹੀ ਹੈ। ਬੇਟਾ ਥੋੜੀ ਠੰਡੀ ਹੋ ਲੈਂਦੇ ਨਾ। ਹਾਂਜੀ ਜੀ ਹੋ ਗਿਆ ਸ਼ਾਮ ਦਾ ਟਾਈਮ, ਅਤੇ ਬਾਕੀ ਜਿਹੜਾ ਨਾ ਮੰਜੇ ਵਗੈਰਾ ਬਾਹਰ ਕੱਢ ਦਿੱਤੇ ਹੈਗੇ ਨੇ, ਅਤੇ ਬਾਕੀ ਜਿਹੜਾ ਰੋਟੀ ਪਾਣੀ ਦਾ ਕਰਦੇ ਫਿਰਦੇ ਹੈਗੇ। ਅਤੇ ਇੱਧਰ ਬਣ ਰਹੇ ਨੇ ਜੀ ਆਲੂ, ਅੱਜ ਆਲੂ ਬਣਾਉਣੇ ਸੀਗੇ ਤੁਹਾਨੂੰ ਦੱਸਿਆ ਸੀਗਾ। ਅਤੇ ਇੱਧਰ ਜਿਹੜਾ ਨਾ ਮੈਂ ਉਬਾਲਦੀ ਪਈ ਹਾਂ ਦੁੱਧ, ਕਿਉਂਕਿ ਨਾਲ ਦੂਸਰਾ ਵੀ ਚੁੱਲ੍ਹਾ ਰੱਖਿਆ, ਫਿਰ ਬੱਚਿਆ ਦੀ ਨਾ ਹਾਲ ਹਾਲ ਪੈ ਜਾਂਦੀ, ਇਸ ਵਜ੍ਹਾ ਤੋਂ ਦੋਵਾਂ ਸਾਡਾ ਤਿਆਗ ਬਾਲੀਏ, ਤਾਂ ਕਿ ਦੋਵੇਂ ਕੰਮ ਜਿਹੜੇ ਨਾ ਜਲਦੀ ਜਲਦੀ ਹੋ ਜਾਣ, ਕਿਉਂਕਿ ਸ਼ਾਮ ਵੈਸੇ ਹੋਈ ਖਲੋਤੀ ਹੈਗੀ ਹੈ। ਅਤੇ ਹੁਣ ਜਿਹੜਾ ਹੈ ਨਾ ਆਟਾ ਗੁੰਨਣਾ ਹੈਗਾ, ਅਤੇ ਆਟਾ ਲੈ ਵੀ ਆਉਂਦੇ ਹਾਂ ਅਤੇ ਪਾਣੀ ਸ਼ਾਨੀ ਵੀ ਲੈ ਆਉਂਦੇ ਹਾਂ, ਅਤੇ ਹੁਣ ਦੁੱਧ ਦੇ ਕੋਲ ਹੀ ਨਾ ਬਹਿ ਕੇ ਗੁੰਨਣ ਨਾਲ ਦੁੱਧ ਧਿਆਨ ਰੱਖਾਂਗੇ ਸਾਲਣ ਦਾ ਵੀ, ਅਤੇ ਨਾਲੇ ਆਟਾ ਵੀ ਗੁੰਨੀ ਜਾਏਗਾ। ਹਾਂਜੀ ਜੀ ਮੰਮਾ ਦੀ ਸਾਨੂੰ ਵੀ ਅਤੇ ਹੀਰਾ ਨੂੰ ਵੀ ਨਵਾਂ ਦਵਾ ਲਿਆ ਹੈਗਾ, ਅਤੇ ਤੁਹਾਨੂੰ ਵਿਖਾਇਆ ਹੈਗਾ ਕਿ ਸਾਲਣ ਵੀ ਉੱਤੇ ਰੱਖਿਆ ਹੋਇਆ ਅਤੇ ਦੁੱਧ ਵੀ ਰੱਖਿਆ, ਅਤੇ ਬਾਕੀ ਰਹਿ ਆਟਾ ਗਿਆ ਸੀਗਾ। ਅਤੇ ਆਟਾ ਜਿਹੜਾ ਨਾ ਉਹ ਹੁਣ ਮੈਂ ਗੁੰਦੀ ਪਈ ਹੈਗੀ ਹਾਂ, ਕੰਮੀ ਹੋਣੀ ਜਿਹੜੀ ਨਾ ਮੰਮਾ ਦੀ ਸਾਨੂੰ ਲੈ ਕੇ ਬੈਠੀ ਹੋਈ ਹੈ, ਫਿਰ ਜਿਹੜਾ ਨਾ ਜਾ ਕੇ ਰੋਟੀਆਂ ਲਾ ਲੈਗੀ, ਕਿਉਂਕਿ ਆਟਾ ਹੈਗਾ ਥੋੜ੍ਹਾ, ਅਤੇ ਇਸ ਵਜ੍ਹਾ ਤੋਂ ਨਾ ਤੰਦੂਰੀ ਜਿਹੜੀ ਹੈ ਘਰ ਦੀ ਕੋਈ ਨਹੀਂ ਬਾਲਣ ਲੱਗੇ, ਅਤੇ ਅੰਮੀ ਜਿਹੜੀ ਨਾ ਕੋਈ ਨਾਲ ਦੀ ਗੁਆਂਢਣ ਮੇਰੇ ਖਿਆਲ ਬਾਲੀ ਹੈ ਅੰਮੀ, ਅਤੇ ਹਾਂਜੀ ਅੰਮੀ ਪਤਾ ਕੀਤਾ ਹੈਗਾ, ਅਤੇ ਅੰਮੀ ਕਹਿੰਦੀ ਉਹਦੇ ਆਪਾਂ ਵੀ ਬਾਲ ਕੇ ਨਾ ਅਤੇ ਲਾ ਲਵਾਂਗੇ। ਮੈਂ ਕਿਹਾ ਚਲੋ ਠੀਕ ਹੈ, ਅਤੇ ਹੁਣ ਮੈਂ ਅੰਮੀ ਨੂੰ ਉਹਨਾਂ ਨੂੰ ਨਾ ਆਟਾ ਗੁੰਨ ਕੇ ਦੇ ਲਵਾਂ, ਫਿਰ ਇਸ ਤੋਂ ਬਾਅਦ ਬੱਚਿਆਂ ਦੇ ਫੀਡਰ ਵਗੈਰਾ ਧੋ ਲਵਾਂਗੀ ਅਤੇ ਦੁੱਧ ਠੰਡਾ ਕਰਕੇ ਦੇ ਦੇਵਾਂਗੀ, ਅਤੇ ਹਾਲੇ ਜਿਹੜਾ ਪੰਖਾ ਹੀ ਬਾਹਰ ਕਰਨਾ ਅਤੇ ਕੁਛ ਜਿਹੜੀਆਂ ਮੰਜੀਆਂ ਨਾ
ਆਦੀਆਂ ਕੱਢੀਆਂ ਨੇ, ਆਦੀਆਂ ਹਲੇ ਕਮਰਿਆਂ 'ਚ ਪਈਆਂ ਨੇ, ਉਹ ਵੀ ਕੱਢਣੀਆਂ ਨੇ ਕੱਢ ਕੇ, ਅਤੇ ਫਿਰ ਬਿਸਤਰੇ ਬਣਾ ਕੇ ਰੋਟੀ ਪਾਣੀ ਖਾ ਕੇ ਫਿਰ ਸੌਂ ਜਾਵਾਂਗੇ।